ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਰੱਬ ਇੱਕ ਜੈ ਸਾਈਂ ਜੀ। 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ। ਬਾਬਾ ਜੀ, ਇਹਨਾਂ ਫਕੀਰਾਂ ਦੇ ਦਰ 'ਤੇ ਬੰਦਾ ਪਹੁੰਚਦਾ ਵੀ ਇਹਨਾਂ ਦੀ ਮਰਜ਼ੀ ਨਾਲ ਹੈ, ਜਾਂਦਾ ਵੀ ਇਹਨਾਂ ਦੀ ਮਰਜ਼ੀ ਨਾਲ ਹੈ, ਔਰ ਇਹਨਾਂ ਫਕੀਰਾਂ ਦੇ ਦਰ 'ਤੇ ਇਬਾਦਤਾਂ ਵੀ ਜਿਹੜੇ ਹਾਸਲ ਕਰਦੇ ਹੈ ਜਾਂ ਕੋਈ ਵੀ ਜਿਹੜਾ ਮੁਕਾਮ ਹਾਸਲ ਕਰਦੇ ਆ ਜਾਂ ਜਿਹੜਾ ਰੰਗ ਹਾਸਲ ਕਰਦੇ ਆ ਉਸ ਦੇ ਵੀ ਇਹ ਜਦ ਤੱਕ ਅਗਲੇ ਨੂੰ ਲਾਇਕ ਨਾ ਸਮਝਣ ਉਦੋਂ ਤੱਕ ਉਹ ਰਹਿਮਤ ਝੋਲੀ ਨਹੀਂ ਪੈਂਦੀ। ਬਾਬਾ ਜੀ ਜ਼ਰਾ ਗੌਰ ਕਰਨਾ, ਬੰਦਾ ਕਹਿੰਦਾ ਜੀ ਮੈਨੂੰ ਇੰਨਾ ਵਕਤ ਹੋ ਗਿਆ ਹੈ, ਇੰਨਾ ਰੰਗ ਹੋ ਗਿਆ ਹੈ। ਕਈ ਵਾਰੀ ਹੁਣ ਬੰਦਾ ਕਹਿੰਦਾ ਕਿ ਮੈਨੂੰ ਇੰਨਾ ਸਮਾਂ ਹੋ ਗਿਆ, ਹੁਣ ਘੜੇ ਨੂੰ ਤੜਕਾ ਕੇ ਦੇਖਦੇ ਆ ਕਿ ਕਿਤੇ ਕੱਚਾ ਤਾਂ ਨਹੀਂ, ਕਿਉਂਕਿ ਜਿਹਦੇ ਵਿੱਚ ਉਹ ਰੰਗ ਰੱਖਣਾ ਹੈ, ਜਿਹਦੇ ਵਿੱਚ ਉਹ ਢੰਗ ਰੱਖਣਾ ਹੈ, ਉਹ ਰੰਗ ਜਿਸ ਨੂੰ ਉਸ ਰੰਗ ਨਾਲ ਨਵਾਜ਼ਣਾ ਹੈ ਕਿਤੇ ਉਹ ਕੱਚਾ ਨਾ ਰਹਿ ਹੋਵੇ, ਪੱਕਾ ਹੋਵੇਗਾ ਫੇਰ ਹੀ। ਸੋ ਇਹ ਫਕੀਰਾਂ ਦੀਆਂ ਇਬਾਦਤਾਂ ਇਹ ਜਿਹੜਾ ਵੀ ਰੰਗ ਬਖਸ਼ਦੇ ਆ ਇਹ ਬਿਨਾਂ ਤੱਕ ਬੰਦਾ ਉਹਦਾ ਹੱਕਦਾਰ ਨਹੀਂ ਹੋ ਜਾਂਦਾ, ਲਾਇਕ ਨਹੀਂ ਹੋ ਜਾਂਦਾ, ਉਹ ਨਹੀਂ ਬਖਸ਼ਦੇ। ਬਾਬਾ ਜੀ, ਉਹ ਰੱਬ ਦੇ ਭਜਨ ਦਾ ਅਧਿਕਾਰ ਕਿਹਨੂੰ ਹੈ, ਰੱਬ ਦੀ ਬੰਦਗੀ ਦਾ ਅਧਿਕਾਰ ਕਿਹਨੂੰ? ਸੋ ਇਹ ਵੀ ਫਕਰ ਲੋਕ ਹੀ ਦੱਸਦੇ ਆ। ਹੁਣ ਕਹਿੰਦੇ ਕਿ ਇੱਕ ਲੜਕਾ ਸੀ, ਜ਼ਰਾ ਗੌਰ ਕਰਨਾ ਬਾਬਾ ਜੀ, ਕਹਿੰਦੇ ਇੱਕ ਲੜਕਾ ਸੀ ਉਹ ਨਾ ਇੱਕ ਫਕੀਰਾਂ ਕੋਲ ਗਿਆ, ਤੋ ਜਾ ਕੇ ਕਹਿਣ ਲੱਗਾ, ਉਹਨਾਂ ਕੋਲ ਪਹੁੰਚ ਗਿਆ, ਕਹਿੰਦਾ ਮਹਾਰਾਜ ਕਿ ਮੈਂ, ਹੁਣ ਉਹ ਬਚਨ ਕਰਦੇ ਸੀ ਨਾ, ਲੋਕਾਂ ਨੂੰ ਦੱਸਦੇ ਸੀ, ਸਮਝਾਉਂਦੇ ਸੀ, ਤਾਂ ਉਹ ਬੈਠਾ ਰਿਹਾ, ਪਹਿਲਾਂ ਸੁਣਦਾ ਰਿਹਾ, ਫਿਰ ਉਹ ਕਹਿਣ ਲੱਗਾ ਕਿ ਮਹਾਰਾਜ ਮੈਂ ਵੀ ਗਿਆਨ ਦਾ ਬੜਾ ਇੱਛੁਕ ਹਾਂ, ਵੀ ਜਿਹੜਾ ਉਹ ਅੰਤਰ ਗਿਆਨ ਹੈ ਉਹ ਕਿੱਦਾਂ ਹਾਸਲ ਹੋਏਗਾ, ਜਾਂ ਉਹਦੇ ਰੱਬ ਦੇ ਭਜਨ ਦਾ ਬੜਾ ਇੱਛੁਕ ਹਾਂ ਮੈਂ, ਅਤੇ ਜੇ ਤੁਹਾਡੀ ਨਜ਼ਰੋਂ ਕਰਮ ਹੋ ਜਾਵੇ ਤਾਂ ਮੈਨੂੰ ਹਾਸਲ ਹੋ ਜਾਵੇ। ਉਹ ਫਕੀਰ ਮੁਸਕੁਰਾਏ, ਮੁਸਕੁਰਾ ਕੇ ਕਹਿੰਦੇ ਚੱਲ ਠੀਕ ਹੈ, ਤੈਨੂੰ ਕਹਿੰਦੇ ਉਸ ਭਜਨ ਨਾਲ ਨਵਾਜ਼ ਦਿੰਦੇ ਹਾਂ, ਉਸ ਇਬਾਦਤ ਨਾਲ ਤੈਨੂੰ ਵੀ ਨਵਾਜ਼ ਦਿੰਦੇ ਹਾਂ, ਪਰ ਪਹਿਲਾਂ ਕਹਿੰਦੇ ਜਾ ਸ਼ੁੱਧ ਹੋ ਕੇ ਆ, ਇਸ਼ਨਾਨ ਕਰਕੇ ਆ। ਉਹ ਫਕੀਰ ਦੀ ਇੰਨੀ ਗੱਲ ਸੁਣੀ ਤਾਂ ਉਹ ਜਿਹੜਾ ਲੜਕਾ ਸੀ ਉਹ ਗਿਆ ਜੀ, ਕਹਿੰਦੇ ਉਹ ਇਸ਼ਨਾਨ ਕਰਨ ਗਿਆ ਉਹਨਾਂ ਦੇ ਆਸ਼ਰਮ ਦੇ ਵਿੱਚ ਨਾ, ਉਹਨਾਂ ਦੇ ਕੁੱਲੀ ਦੇ ਵਿੱਚ, ਉਹਨਾਂ ਦੇ ਡੇਰੇ ਦੀ ਇੱਕ ਪ੍ਰਮੁੱਖ ਸੇਵਿਕਾ ਸੀ, ਉਹ ਸੇਵਿਕਾ ਸੇਵਾ ਕਰਦੀ ਹੁੰਦੀ ਸੀ, ਉਹਦੀ ਝਾੜੂ ਦੀ ਡਿਊਟੀ ਲੱਗੀ ਸੀ, ਜ਼ਰਾ ਗੌਰ ਕਰਨਾ, ਝਾੜੂ ਦੀ ਡਿਊਟੀ ਲੱਗੀ ਸੀ। ਉਹਨਾਂ ਨੇ ਨਾ ਉਹਨੂੰ ਬੁਲਾਇਆ, ਉਹ ਫਕੀਰ ਕਹਿੰਦੇ ਜਦੋਂ ਇਹ ਬੱਚਾ ਆਏਗਾ ਨਾ, ਇਹ ਜਦੋਂ ਇਹ ਲੜਕਾ ਆਏਗਾ, ਕਹਿੰਦੇ ਇਸ਼ਨਾਨ ਕਰਨ ਗਿਆ ਹੈ, ਜਦੋਂ ਇਹ ਆਇਆ ਨਾ ਤੂੰ ਨਾ ਇਸ਼ਨਾਨ ਕਰਕੇ ਜਦੋਂ ਆਵੇ ਤਾਂ ਝਾੜੂ ਇੱਦਾਂ ਲਾਵੀਂ ਕਿ ਜਿਹੜੀ ਧੂਲ ਹੈ ਨਾ, ਜਿਹੜੀ ਮਿੱਟੀ ਹੈ ਉਹ ਉੱਡ ਕੇ ਇਹਦੇ ਉੱਪਰ ਪਵੇ, ਕਿ ਉਹ ਉੱਡ ਕੇ ਇਹਦੇ ਉੱਪਰ ਪਵੇ, ਪਰ ਧਿਆਨ ਰੱਖੀ ਇਹ ਮਾਰਨ ਵੀ ਆ ਸਕਦਾ ਹੈ ਤੈਨੂੰ, ਵੀ ਸਾਵਧਾਨ ਰਹੀਂ। ਹੁਣ ਜਦੋਂ ਉਹ ਲੜਕਾ ਆਇਆ ਨਾ ਇਸ਼ਨਾਨ ਕਰਕੇ, ਤਾਂ ਇਹਨੇ ਕੀ ਕੀਤਾ, ਜਿਹੜੀ ਸੇਵਕ ਸੀਗੀ ਇਹਨੇ ਫਟਾਫਟ ਝਾੜੂ ਜਿਹੜਾ ਸੀ ਨਾ ਤੇਜ਼ੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਹ ਜਾਣ ਬੁੱਝ ਕੇ ਇੰਨੀ ਤੇਜ਼ ਝਾੜੂ ਮਾਰਿਆ ਵੀ ਉਹ ਜਿਹੜੀ ਧੂਲ ਸੀ ਨਾ, ਮਿੱਟੀ ਸੀ, ਉਹ ਉੱਡ ਕੇ ਉਸ ਲੜਕੇ ਦੇ ਉੱਪਰ ਜਾਣ ਲੱਗ ਪਈ। ਉਹ ਲੜਕਾ ਇੰਨਾ ਗੁੱਸਾ ਹੋਇਆ, ਉਹਨੂੰ ਇੰਨਾ ਗੁੱਸਾ ਚੜਿਆ ਜਦੋਂ ਮਿੱਟੀ ਉਹਦੇ ਉੱਤੇ ਪਈ, ਕਿਉਂਕਿ ਨਹਾ ਕੇ ਆਇਆ ਸੀ, ਹੁਣ ਗੁੱਸਾ ਚੜਿਆ, ਉਹਨੇ ਪੱਥਰ ਉਠਾ ਲਿਆ, ਪੱਥਰ ਉਠਾ ਲਿਆ ਜਦੋਂ ਮਾਰਨ ਲੱਗਾਣਾ, ਤਾਂ ਉਹ ਜਿਹੜੀ ਔਰਤ ਸੀ ਉਹਨੇ ਕੀ ਕੀਤਾ, ਉਹਨੇ ਉੱਥੇ ਝਾੜੂ ਸਿੱਟਿਆ। ਹੁਣ ਉਹਨੂੰ ਪਹਿਲਾਂ ਹੀ ਦੱਸਿਆ ਸੀਗਾ ਉਹ ਫਕੀਰ ਨੇ, ਉਹ ਸੰਤ ਨੇ, ਕਿ ਭਾਈ ਇਹਦੇ ਤੋਂ ਸਾਵਧਾਨ ਰਹੀ, ਇਹ ਤੈਨੂੰ ਮਾਰ ਸਕਦਾ ਹੈ। ਉਹਨੇ ਫਟਾਫਟ ਕੀ ਕੀਤਾ, ਉਸ ਔਰਤ ਨੇ ਝਾੜੂ ਛੱਡਿਆ, ਉੱਥੋਂ ਭੱਜ ਗਈ, ਅਤੇ ਉਹ ਲੜਕਾ ਸੀ ਜਿਹੜਾ ਉਹ ਬੁਰੇ ਭਲੇ ਸ਼ਬਦ ਜੋ ਉਹਦੇ ਮੂੰਹ 'ਚ ਆਵੇ ਬੋਲੀ ਗਿਆ। ਫਿਰ ਗਿਆ ਦੁਬਾਰਾ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਪਹੁੰਚਿਆ ਉਹਨਾਂ ਫਕੀਰਾਂ ਕੋਲ, ਉਹਨਾਂ ਸੰਤਾਂ ਕੋਲ।
ਸੰਤਾਂ ਕੋਲ ਪਹੁੰਚਿਆ, ਕਹਿੰਦਾ ਜੀ ਮਹਾਰਾਜ ਹੁਣ ਮੈਨੂੰ ਦੱਸੋ ਵੀ ਮੈਂ ਭਜਨ ਕਰਨਾ ਚਾਹੁੰਦਾ ਹਾਂ, ਵੀ ਇਬਾਦਤ ਕਰਨਾ ਚਾਹੁੰਦਾ, ਮੈਨੂੰ ਗਿਆਨ ਦੱਸੋ ਜਾਂ ਉਹ ਰੰਗ ਦੱਸੋ। ਤਾਂ ਫਕੀਰ ਕਹਿੰਦੇ ਭਾਈ ਤੈਨੂੰ ਕੀ ਰੰਗ ਦੱਸਾਂ, ਤੂੰ ਤਾਂ ਪਸ਼ੂ ਹੈ, ਤੂੰ ਤਾਂ ਪਸ਼ੂ ਦੀ ਤਰ੍ਹਾਂ ਮਾਰਨ ਨੂੰ ਪੈਂਦਾ, ਹਜੇ ਤੂੰ ਉਹਦੇ ਉਸ ਰੰਗ ਦੇ ਲਾਇਕ ਨਹੀਂ ਹੋਇਆ। ਜਾਂ ਕਹਿੰਦੇ ਇੱਕ ਸਾਲ ਬਾਅਦ ਆਈ ਅਤੇ ਇੱਕ ਸਾਲ ਤੱਕ ਤੂੰ ਉਸ ਰੱਬ ਦਾ ਜਿਹੜਾ ਵੀ ਨਾਮ ਜਾਵੇ ਉਹ ਜਪ। ਚਲੋ ਜੀ ਇੱਕ ਸਾਲ ਬੀਤ ਗਿਆ, ਉਹ ਫਿਰ ਉਹਨਾਂ ਫਕੀਰਾਂ ਸਾਹਮਣੇ, ਉਹ ਸੰਤਾਂ ਸਾਹਮਣੇ ਹਾਜ਼ਰ ਹੋਇਆ। ਹੁਣ ਉਹ ਫਕੀਰ, ਉਹਨਾਂ ਨੇ ਫਿਰ ਕਿਹਾ, ਕਹਿੰਦੇ ਜਾ ਇਸ਼ਨਾਨ ਕਰਕੇ ਆ ਪਹਿਲਾਂ। ਉੱਧਰੋਂ ਉਹਨਾਂ ਨੇ ਫਿਰ ਉਸ ਔਰਤ ਨੂੰ ਬੁਲਾ ਲਿਆ, ਕਹਿੰਦੇ ਵੀ ਜਦੋਂ ਹੁਣ ਆਇਆ ਨਾ, ਹੁਣ ਫਿਰ ਝਾੜੂ ਮਾਰਨਾ, ਪਰ ਝਾੜੂ ਇਸ ਤਰੀਕੇ ਨਾਲ ਮਾਰੀ ਕਿ ਝਾੜੂ ਜਿਹੜਾ ਹੈ ਨਾ ਉਹ ਇਹਨੂੰ ਲੱਗ ਜਾਵੇ। ਜ਼ਰਾ ਗੌਰ ਕਰਨਾ, ਕਹਿੰਦੇ ਝਾੜੂ ਜਿਹੜਾ ਹੈ ਨਾ ਇਹਨੂੰ ਲੱਗ ਜਾਵੇ। ਹੁਣ ਮੁਰਾਦ ਮਿਲਦੀ ਕਦੋਂ ਹੈ ਬਾਬਾ ਜੀ, ਐਸੇ ਰੰਗਾਂ ਦੀ ਮੁਰਾਦ ਕਿਸ ਨੂੰ ਮਿਲਦੀ, ਕਦੋਂ ਮਿਲਦੀ ਹੈ? ਗੌਰ ਕਰਨ ਵਾਲੀ ਗੱਲ ਹੈ। ਉਹ ਕਹਿੰਦੇ ਵੀ ਹੁਣ ਐਤਕਾਂ ਇਹਦੇ ਨਾ ਝਾੜੂ ਥੋੜ੍ਹਾ ਜਿਹਾ ਨਾਲ ਟਕਰਾ ਦੇਈਂ, ਮਾਰਦੇ ਡਰੀ ਨਾ, ਕਹਿੰਦੇ ਹੁਣ ਐਤਕਾਂ ਮਾਰਨਾ ਨਹੀਂ ਇਹਨੇ, ਜੇ ਕੁਛ ਕਵੇ ਤਾਂ ਚੁੱਪਚਾਪ ਸੁਣ ਲਈ। ਹੁਣ ਉਸ ਔਰਤ ਨੇ ਕਿਹਾ ਜੀ ਸੱਤ ਬਚਨ ਮਹਾਰਾਜ, ਚਲੇ ਗਈ। ਉਹ ਜੋ ਹੁਣ ਉਹਦੇ ਗੁਰੂ ਮੁਰਸ਼ਦ ਨੇ ਕਿਹਾ ਸੀ, ਉਹਨਾਂ ਦੀ ਸੇਵਾ ਕਰਦੀ ਸੀ, ਉੱਥੇ ਰਹਿੰਦੀ। ਉਹਨੇ ਉਹ ਸੰਤਾਂ ਦੀ ਜਿਹੜੀ ਗੱਲ ਉਹਨੇ ਸੰਤਾਂ ਨੇ ਕਿਹਾ, ਉਹਨੇ ਉਹ ਕੁੜੀ ਨੇ ਗੱਲ ਮੰਨੀ, ਤਾਂ ਕਹਿੰਦੇ ਕਿ ਉਹਨੇ ਉੱਦਾਂ ਹੀ ਕੀਤਾ ਜੋ ਹੁਕਮ ਹੋਇਆ ਸੀ। ਥੋੜ੍ਹਾ ਜਿਹਾ ਜਦੋਂ ਝਾੜੂ ਲੱਗਿਆ, ਉਹ ਜਿਹੜਾ ਲੜਕਾ ਸੀ ਉਹਨੂੰ ਬੜਾ ਗੁੱਸਾ ਆਇਆ, ਪਰ ਇਸ ਵਾਰ ਮਾਰਨ ਨਹੀਂ ਉੱਠਿਆ। ਪਿਛਲੀ ਵਾਰ ਪੱਥਰ ਚੱਕ ਲਿਆ ਸੀ, ਇਸ ਵਾਰੀ ਪੱਥਰ ਨਹੀਂ ਚੱਕਿਆ, ਸਿਰਫ ਮੂੰਹੋਂ ਵਚਨ ਬੋਲਦਾ ਰਿਹਾ, ਪੁੱਠੇ ਸਿੱਧੇ ਮਾੜਾ ਚੰਗਾ ਬੋਲਦਾ ਰਿਹਾ। ਫਿਰ ਦੁਬਾਰਾ ਇਸ਼ਨਾਨ ਕਰਨ ਚਲਾ ਗਿਆ। ਹੁਣ ਫਿਰ ਜਦੋਂ ਦੁਬਾਰਾ ਇਸ਼ਨਾਨ ਕਰਕੇ ਉਹਨਾਂ ਫਕੀਰਾਂ ਕੋਲ ਹਾਜ਼ਰ ਹੋਇਆ ਕਿ ਮਹਾਰਾਜ ਮੈਂ ਆਇਆ ਹਾਂ, ਉਹ ਫਕੀਰ ਫਿਰ ਕਹਿੰਦੇ ਅਜੇ ਨਹੀਂ ਤੂੰ ਉਸ ਰੰਗ ਦਾ ਮਾਲਕ, ਅਜੇ ਤੈਨੂੰ ਰੰਗ ਦੇਣ ਦੇ ਲਾਇਕ ਨਹੀਂ ਹੋਇਆ, ਤੂੰ ਉਸ ਰੰਗ ਨੂੰ ਪਾਉਣ ਦੇ ਲਾਇਕ ਨਹੀਂ ਹੋਇਆ, ਤੂੰ ਤਾਂ ਕੁੱਤਿਆਂ ਵਾਂਗੂ ਭੌਂਕਦਾ ਹੈ। ਜ਼ਰਾ ਗੌਰ ਕਰਨਾ, ਪਹਿਲਾਂ ਕਹਿੰਦੇ ਸੀ ਤੂੰ ਪਸ਼ੂਆਂ ਵਾਂਗੂ ਮਾਰਦਾ ਹੈ, ਹੁਣ ਕਹਿੰਦੇ ਤੂੰ ਕੁੱਤਿਆਂ ਵਾਂਗੂ ਭੌਂਕਦਾ ਹੈ। ਜਾਂ ਇੱਕ ਸਾਲ ਕਹਿੰਦੇ ਹੋਰ ਨਾਮ ਜਪ ਕਰਕੇ ਆ, ਜਿਹੜਾ ਚਾਹੁੰਦਾ ਉਹ ਜਪ ਕਰਕੇ ਆ, ਜਿਹੜੇ ਮਰਜ਼ੀ ਰੱਬ ਦਾ ਨਾਮ ਲੈ, ਜਿਹੜਾ ਤੈਨੂੰ ਦਿਲ ਕਰਦਾ ਉਹਦਾ ਨਾਮ ਤੇ ਆ। ਇੱਕ ਸਾਲ ਬਾਅਦ ਫਿਰ ਆਈ, ਹੁਣ ਆਇਆ ਗੁਰੂ ਦੇ ਤਲਾਸ਼ 'ਚ ਸੀ, ਮੁਰਸ਼ਦ ਦੀ ਤਲਾਸ਼ 'ਚ ਸੀ ਕਿ ਮੈਨੂੰ ਇਹਨਾਂ ਸੰਤਾਂ, ਇਹ ਸੰਤ ਮੇਰੇ ਮੁਰਸ਼ਦ ਬਣਨ, ਮੈਨੂੰ ਕੋਈ ਗਿਆਨ ਦੇਣ, ਮੈਨੂੰ ਕੋਈ ਭਜਨ ਦੇਣ, ਮੈਨੂੰ ਕੋਈ ਬੰਦਗੀ ਦੇਣ। ਹੁਣ ਪਹਿਲਾਂ ਕਹਿ ਤਾ ਵੀ ਤੂੰ ਪਸ਼ੂ ਵਾਂਗੂ ਮਾਰਨ ਪੈਂਦਾ, ਹੁਣ ਦੂਜੀ ਵਾਰੀ ਆਇਆ ਤਾਂ ਕਹਿੰਦੇ ਵੀ ਤੂੰ ਭਾਈ ਭੌਂਕਦਾ ਬਹੁਤ ਹੈ। ਇੱਕ ਸਾਲ ਫਿਰ ਨਾਮ ਜਪ ਕਰਕੇ ਆ, ਜਿਹੜਾ ਮਰਜ਼ੀ ਨਾਮ ਤੇ ਆ, ਜੋ ਨਾਮ ਲੈਣਾ ਚਾਹੁੰਦਾ, ਅੱਲਾ, ਵਾਹਿਗੁਰੂ, ਰਾਮ, ਜਿਹਨੂੰ ਮਰਜ਼ੀ ਤੂੰ ਯਾਦ ਕਰਨਾ ਚਾਹੁੰਦਾ ਉਹਦਾ ਨਾਮ ਲੈ ਕੇ ਆ। ਚਲੋ ਜੀ, ਕਹਿੰਦੇ ਹੁਣ ਇੱਕ ਸਾਲ ਫਿਰ ਬੀਤ ਗਿਆ, ਇੱਕ ਸਾਲ ਬੀਤ ਗਿਆ। ਹੁਣ ਇੱਕ ਸਾਲ ਬੀਤਣ ਦੇ ਬਾਅਦ ਉਹ ਲੜਕਾ ਜਿਹੜਾ ਹੈ ਉਹ ਫਿਰ ਉਹਨਾਂ ਫਕੀਰਾਂ ਦੇ ਕੋਲ ਆਇਆ। ਉਹਨਾਂ ਸੰਤਾਂ ਨੇ ਫਿਰ ਹੁਕਮ ਕੀਤਾ, ਕਹਿੰਦੇ ਜਾ ਪਹਿਲਾਂ ਇਸ਼ਨਾਨ ਕਰਕੇ ਆ। ਹੁਣ ਜਦੋਂ ਇਸ਼ਨਾਨ ਕਰਨ ਗਿਆ ਨਾ, ਉਹਨਾਂ ਨੇ ਫਿਰ ਉਸ ਔਰਤ ਨੂੰ ਬੁਲਾਇਆ, ਕਹਿੰਦੇ ਇਸ ਵਾਰੀ ਨਾ ਝਾੜੂ ਨਾਲ ਮਿੱਟੀ ਅੜਾਉਣੀ ਹੈ, ਨਾ ਇਹਦੇ ਝਾੜੂ ਮਾਰਨਾ, ਇਸ ਵਾਰ ਤੂੰ ਐਂ ਕਰੀ ਕੂੜੇ ਦੀ ਟੋਕਰੀ ਲੈਣੀ, ਇਹਦੇ ਉੱਤੇ ਸਿੱਟਣੀ ਹੈ। ਰਾ ਗੌਰ ਕਰੋ ਬਾਬਾ ਜੀ, ਕਹਿੰਦੇ ਕੂੜੇ ਦੀ ਟੋਕਰੀ ਲੈਣੀ ਹੈ, ਇਹਦੇ ਉੱਤੇ ਸਿੱਟਣੀ ਹੈ। ਔਰਤ ਕਹਿੰਦੀ ਸੱਤ ਬਚਨ ਜੀ। ਉਹ ਹੁਣ ਉਹ ਲੜਕਾ ਇਸ਼ਨਾਨ ਕਰਨ ਜਾਂਦਾ ਹੈ, ਇਸ਼ਨਾਨ ਕਰਕੇ ਆਇਆ। ਜਦੋਂ ਇਸ਼ਨਾਨ ਕਰਕੇ ਆਇਆ ਤਾਂ ਉਹ ਲੜਕੀ ਨੇ, ਹੁਣ ਔਰਤ ਜਿਹੜੀ ਸੀ ਸੇਵਾਦਾਰ ਸੀ, ਉਹ ਅਸਲ 'ਚ ਉਹਨਾਂ ਦੀ ਸੇਵਕ ਸੀ, ਕਿਉਂਕਿ ਉਹਨਾਂ ਦੇ ਨਾਲ ਬੈਂਤ ਹੋਏ ਰੱਖੀ ਸੀ, ਵੀ ਗੁਰੂ ਦੀ ਚੇਲੀ ਸੀ। ਹੁਣ ਉਹ ਕਹਿੰਦੇ ਵੀ ਉਹਦੇ ਨਾਲ ਜਦੋਂ ਇੱਦਾਂ ਹੋਇਆ ਤਾਂ ਉਹਨੇ ਜੋ ਸੰਤਾਂ ਨੇ ਕਿਹਾ ਸੀ ਉੱਦਾਂ ਹੀ ਕੀਤਾ, ਉਹਨਾਂ ਨੇ ਕੀ ਕੀਤਾ, ਜਾ ਕੇ ਕੂੜਾ ਉਹਦੇ ਉੱਤੇ ਸਿੱਟ ਦਿੱਤਾ। ਹੁਣ ਇਸ ਵਾਰ ਉਹ ਲੜਕਾ ਸਿਰਫ ਸ਼ਾਂਤ ਹੀ ਨਹੀਂ ਰਿਹਾ, ਉਹਨੇ ਉਸ ਔਰਤ ਦੇ ਸਾਹਮਣੇ ਜ਼ਮੀਨ 'ਤੇ ਮਸਤਕ ਟੇਕ ਕੇ ਮੱਥਾ ਟੇਕਿਆ, ਹੱਥ ਜੋੜ ਕੇ ਕਹਿਣ ਲੱਗਾ, ਦੇਵੀ ਤੂੰ ਮੇਰੀ ਗੁਰੂ ਹੈ। ਜ਼ਰਾ ਗੌਰ ਕਰਨਾ, ਕਹਿੰਦਾ ਦੇਵੀ ਤੂੰ ਮੇਰੀ ਗੁਰੂ ਹੈ, ਤੇਰੀ ਕਿਰਪਾ ਦੇ ਨਾਲ ਮੈਂ ਹੰਕਾਰ
ਤੇ ਕ੍ਰੋਧ ਤੇ ਅੱਜ ਜਿੱਤ ਪਾ ਸਕਿਆ ਆ। ਜ਼ਰਾ ਗੌਰ ਕਰਨਾ, ਹੁਣ ਉਹਨੂੰ ਨਹੀਂ ਪਤਾ ਸੀ ਵੀ ਇਹ ਉਹਨਾਂ ਦੀ ਸੇਵਾਦਾਰ ਨਹੀਂ ਹੈ ਜਾਂ ਉਹਨਾਂ ਦੇ ਨਾਲ ਉਹ ਮੁਰਸ਼ਦ ਤੇ ਇਹ ਜੇਲੀ ਹੈ। ਉਹਨੇ ਭੈੜੇ ਜਿਹੇ ਕੱਪੜੇ ਪਾਏ ਹੋਣੇ ਉਸ ਔਰਤ ਨੇ ਜਦੋਂ ਇਹ ਕੰਮ ਕਰਨਾ, ਤਾਂ ਉਹਨੂੰ ਨਹੀਂ ਪਤਾ ਸੀ ਵੀ ਇਹ ਐਸੇ ਹੈ। ਉਹਨੇ ਕੋਈ ਸਾਧ ਵਾਲਾ ਭੇਸ ਨਹੀਂ ਵਿਖਾਇਆ ਸੀ, ਭੇਖ ਨਹੀਂ ਵਟਾਇਆ ਸੀਗਾ, ਸੇਵਾ ਕਰਦੀ ਸੀ ਉਹ ਬੀਬੀ। ਉਹਨੇ ਮਾੜੇ ਕੱਪੜੇ ਪਾਏ, ਉਹਨੂੰ ਬਾਅਦ 'ਚ ਪਤਾ ਲੱਗ, ਉਹਨੇ ਮੱਥਾ ਟੇਕ ਲਿਆ ਕਿਉਂਕਿ ਹੁਣ ਹੰਕਾਰ ਵੀ ਅੰਦਰੋਂ ਜਾ ਚੁੱਕਿਆ ਸੀ, ਗੁੱਸਾ ਵੀ ਅੰਦਰੋਂ ਜਾ ਚੁੱਕਿਆ ਸੀ। ਕਹਿੰਦਾ ਮੈਂ ਗੁਰੂ ਲੱਭਦਾ ਫਿਰਦਾ ਹਾਂ ਕਿ ਮੈਨੂੰ ਭਜਨ ਬੰਦਗੀ ਮਿਲ ਜਾਵੇ, ਮੈਨੂੰ ਗੁਰੂ ਤੂੰ ਹੀ ਮਿਲ ਗਈ ਜਿਹਨੇ ਮੇਰਾ ਹੰਕਾਰ ਵੀ ਮਾਰਤਾ, ਮੇਰਾ ਕ੍ਰੋਧ ਵੀ ਮਾਰਤਾ। ਮੱਥਾ ਟੇਕ ਕੇ ਉਸੇ ਔਰਤ ਨੂੰ ਦੁਬਾਰਾ ਇਸ਼ਨਾਨ ਕਰਨ ਗਿਆ। ਜਦੋਂ ਇਸ਼ਨਾਨ ਕਰਕੇ ਉਹਨਾਂ ਸੰਤਾਂ ਦੇ ਕੋਲ ਪਹੁੰਚਿਆ, ਸੰਤਾਂ ਨੇ ਉਹਨੂੰ, ਉਹ ਫਕੀਰਾਂ ਨੇ ਉਹਨੂੰ ਗੱਲ ਨਾਲ ਲਾ ਲਿਆ। ਬਾਬਾ ਜੀ ਗੱਲ ਨਾਲ ਲਾ ਕੇ ਹੁਣ ਆਪ ਹੀ ਕਹਿਣ ਲੱਗ ਪਏ, ਕਹਿੰਦੇ ਹੁਣ ਤੂੰ ਹੋ ਗਿਆ ਬੰਦਗੀ ਦੇ ਲਾਇਕ, ਹੁਣ ਤੂੰ ਹੋ ਗਿਆ ਭਜਨ ਦੇ ਲਾਇਕ, ਹੁਣ ਤੂੰ ਅਧਿਕਾਰੀ ਹੋ ਗਿਆ ਉਹਦਾ, ਹੁਣ ਤੈਨੂੰ ਮੰਗਣ ਦੀ ਨਹੀਂ ਲੋੜ, ਹੁਣ ਤੈਨੂੰ ਆਪੇ ਹੀ ਮਿਲਣਾ। ਸੋ ਇਹ ਫਕੀਰਾਂ ਦੀ ਮੌਜ ਹੈ ਬਾਬਾ ਜੀ, ਪਰਖਦੇ ਹੈ, ਵਾਰ ਵਾਰ ਪਰਖਦੇ ਹੈ, ਜਦ ਤੱਕ ਉਸ ਦੇ ਲਾਇਕ ਨਹੀਂ ਹੋ ਜਾਂਦਾ ਬੰਦਾ ਉਸ ਚੀਜ਼ ਦੇ, ਕਿ ਹਾਂ ਵੀ ਹੁਣ ਇਹ ਲਾਇਕ ਹੋ ਗਿਆ, ਇਹਨੂੰ ਹੁਣ ਦੇ ਦਿਓ, ਉਦੋਂ ਤੱਕ ਨਹੀਂ ਮਿਲਦੀ। ਫਿਰ ਉਦੋਂ ਤੱਕ ਬੰਦਾ ਮੰਗਦਾ ਰਹਿੰਦਾ ਹੈ, ਬੰਦਾ ਕਹਿੰਦਾ ਨਾ ਯਾਰ ਮੇਰਾ ਬਾਬਾ ਜੀ ਆਹ ਨਹੀਂ ਕੰਮ ਹੁੰਦਾ, ਮੇਰਾ ਬਾਬਾ ਜੀ ਉਹ ਨਹੀਂ ਕੰਮ ਹੁੰਦਾ। ਉਹ ਕਹਿੰਦੇ ਪਹਿਲਾਂ ਉਹਦੇ ਲਾਇਕ ਤਾਂ ਹੋ, ਫਕੀਰ ਲੋਕ ਕਹਿੰਦੇ ਤਾਂ ਹੀ ਕਹਿੰਦੇ ਕਿ ਉਸ ਦੇ ਲਾਇਕ ਹੋਵੋ, ਤਾਂ ਫਿਰ ਉਹਦੇ ਦਰ ਤੋਂ ਮੰਗਣ ਦੀ ਲੋੜ ਨਹੀਂ ਪੈਣੀ, ਤੁਸੀਂ ਚਲੇ ਗਏ ਤਾਂ ਝੋਲੀ ਪੈ ਜਾਣੀ ਹੈ। ਕ੍ਰੋਧ ਅਹੰਕਾਰ ਜਦ ਤੱਕ ਅੰਦਰ ਹੈ ਉਹ ਤੱਕ ਤਾਂ ਇਬਾਦਤਾਂ, ਕਹਿੰਦੇ ਇਬਾਦਤਾਂ ਦੇ ਘਰ ਦੂਰ ਹੈ, ਭਜਣਾ ਦੇ ਘਰ ਦੂਰ, ਕਿਉਂਕਿ ਜੇ ਇਬਾਦਤ ਕਰ ਵੀ ਲਏਗਾ ਨਾ, ਜੇ ਉਹ ਰੱਬ ਦਾ ਰੰਗ ਥੋੜ੍ਹਾ ਜਿਹਾ ਪਾ ਵੀ ਲਏਗਾ, ਉਹਦਾ ਨਾਮ ਜਪ ਕੇ, ਤਾਂ ਵੀ ਕਹਿੰਦੇ ਉਹ ਅਹੰਕਾਰ ਹੀ ਬਣੀ ਜਾਏਗਾ। ਸੋ ਇਸ ਲਈ ਕਹਿੰਦੇ ਉਹਦੀ ਇਬਾਦਤ ਵਾਸਤੇ ਵੀ ਉਹਦੇ ਲਾਇਕ ਬਣਨਾ ਪੈਂਦਾ। ਤਾਂ ਹੀ ਤਾਂ ਕਹਿੰਦੇ ਕਿ ਆਪਣਾ ਆਪ ਗਵਾਈਏ ਤਾਂ ਸ਼ੋ ਪਾਈਏ, ਉਹ ਮੈਂ ਮਾਰਨੀ ਪੈਂਦੀ। ਸੋ ਸਾਰਿਆਂ ਨੂੰ ਸਲਾਮ ਹੈ, ਫਕੀਰਾਂ ਦੀਆਂ ਬਾਤਾਂ ਹੈ ਬਾਬਾ ਜੀ, ਉਹਨਾਂ ਦੀਆਂ ਰਮਜ਼ਾ ਹੈ। ਕਹਿੰਦੇ ਜ਼ਿਕਰ ਸੁਣੀਏ, ਬਾਣੀ ਸੁਣੀਏ, ਬਚਨ ਸੁਣੀਏ ਫਕੀਰਾਂ ਦੇ, ਤਾਂ ਮੈਲ ਦਿਲੇ ਦੀ ਲਹਿ ਜਾਂਦੀ ਹੈ। ਸੋ ਆਪਾਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਸੁਣੀਏ। ਬਾਕੀ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਮਨ ਦਰੁਸਤ ਰਹੋ। ਆਪਣੀਆਂ ਦੁਆਵਾਂ 'ਚ ਇਸ ਚੀਜ਼ ਨੂੰ ਯਾਦ ਰੱਖਣਾ, ਜੈ ਸਾਈਂ ਜੀ ਦੀ ਜੈ, ਬਾਬਾ ਮੁਰਾਦ ਸ਼ਬਲੀ ਜੀ, ਖੁਸ਼ ਰਹੋ, ਆਬਾਦ ਰਹੋ।